ਸਤਿਕਾਰ ਆਦਾਬ ਸਲਾਮ ਨਮਸਤੇ ਦੋਸਤੋ ਮੈਂ ਤੁਹਾਡੀ ਹੋਸਟ ਤੇ ਦੋਸਤ ਮੈਂਡੀ ਸੰਧੂ ਲੈ ਕੇ ਆਈ ਹਾਂ ਫਿਲਮ ਸਮੀਖਿਆ ਵਿੱਚ ਇੱਕ ਹੋਰ ਮੂਵੀ ਦਾ ਰਿਵਿਊ ਜੋ ਕਿ ਇੱਕ ਪੰਜਾਬੀ ਕਾਮੇਡੀ ਮੂਵੀ ਜਿਸ ਵਿੱਚ ਕੰਮ ਕੀਤਾ ਹੈ ਐਮੀ ਵਿਰਕ ਨਾਲ ਮੋਨਿਕਾ ਨੇ ਅਤੇ ਕਰਮਜੀਤ ਅਨਮੋਲ ਜੀ ਨੇ ਇਹ ਫਿਲਮ ਇੱਕ ਫੈਮਿਲੀ ਮੂਵੀ ਹੈ ਕਾਮੇਡੀ ਮੂਵੀ ਹੈ ਅਤੇ ਇਸ ਫਿਲਮ 'ਚ ਕੀ ਸਟੋਰੀ ਲਾਈਨ ਹੈ ਆਪਾਂ ਜਾਣਾਂਗੇ ਜਨਤਾ ਤੋਂ ਚਲੋ ਆਪਾਂ ਜਾਣਦੇ ਹਾਂ ਔਡੀਅੰਸ ਤੋਂ ਕਿ ਉਹ ਕੀ ਕਹਿੰਦੇ ਨੇ ਇਸ ਮੂਵੀ ਦੇ ਬਾਰੇ 'ਚ ਲੇਕਿਨ ਜੋ ਮੈਂ ਸੁਣਿਆ ਇਹ ਮੂਵੀ ਬੇਹੱਦ ਖੂਬਸੂਰਤ ਹੈ ਕਾਮੇਡੀ ਮੂਵੀ ਹੈ ਜੇ ਤੁਸੀਂ ਕਿਸੇ ਸਟ੍ਰੈਸ 'ਚ ਜਾ ਰਹੇ ਹੋ ਤਾਂ ਇਸ ਫਿਲਮ ਨੂੰ ਜ਼ਰੂਰ ਦੇਖੋ ਤੁਹਾਡੇ ਢਿੱਡੀ ਪੀੜਾ ਪਾ ਦੋਗੀ ਮਾਈ ਨੇਮ ਇਜ਼ ਮੇਜਰ ਜਰਮਨ ਸਿੰਘ ਮਾਨ ਆਈ ਜਸਟ ਵਾਂਟ ਟੂ ਗੋ ਟੂ ਇੰਗਲੈਂਡ ਫੋਰ 10-15 ਡੇਜ਼ ਐਜ਼ ਅ ਟੂਰਿਸਟ ਆਈ ਹੈਵ ਅ ਵੈਰੀ ਬਿਗ ਬਿਜ਼ਨਸ ਆਫ ਐਗਰੀਕਲਚਰ ਇਨ ਇੰਡੀਆ ਸੋ ਆਈ ਹੈਵ ਟੂ ਕਮ ਬੈਕ ਕੁਇਕਲੀ ਦੋਸਤੋ ਇਸ ਸਮੇਂ ਮੇਰੇ ਨਾਲ ਮੌਜੂਦ ਹੈ ਉਹ ਲੋਕ ਜੋ ਦੇਖ ਕੇ ਆਏ ਨੇ ਹੁਣੇ ਸਤਿ ਸ਼੍ਰੀ ਅਕਾਲ ਅੱਛਾ ਮੈਨੂੰ ਇਹ ਤਾਂ ਦੱਸੋ ਸਤਿ ਸ਼੍ਰੀ ਅਕਾਲ ਇੰਗਲੈਂਡ ਕਿੱਦਾਂ ਲੱਗੀ ਹੈ ਤੁਹਾਨੂੰ ਬਹੁਤ ਵਧੀਆ ਜੀ ਤੇ ਕਰਮਜੀਤ ਅਨਮੋਲ ਦਾ ਕਿਹੜਾ ਗਾਣਾ ਤੁਹਾਨੂੰ ਚੰਗਾ ਲੱਗਾ ਇਸ ਵਿੱਚ ਭੋਲੇ ਵਾਲੀ ਲਓ ਜੀ ਇਹਨਾਂ ਨੂੰ ਭੋਲਾ ਬਹੁਤ ਪਸੰਦ ਆ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਭੋਲਾ ਸਾਹਿਬ ਕੋਈ ਗਾਣਾ ਯਾਦ ਹੈ ਤੁਹਾਨੂੰ ਚਲੋ ਮੈਨੂੰ ਇਹ ਦੱਸੋ ਇਹ ਫਿਲਮ ਦੇਖਣੀ ਚਾਹੀਦੀ ਹੈ ਭੇਜਣਾ ਜਿਵੇਂ ਕਿ ਤੁਸੀਂ ਦੇਖਿਆ ਸਤਿ ਸ਼੍ਰੀ ਅਕਾਲ ਇੰਗਲੈਂਡ ਯੂਥ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਹੋਰ ਵੀ ਆਪਾਂ ਇਸ ਦੇ ਬਾਰੇ ਜਾਣਕਾਰੀ ਲਵਾਂਗੇ ਚਲੋ ਚੱਲਦੇ ਹਾਂ ਲੈਟਸ ਟੇਕ ਦਾ ਇੰਟਰਵਿਊ ਇੰਗਲੈਂਡ 'ਚ ਕਿੰਨੇ ਸ਼ੋਅ ਨੇ ਤੁਹਾਡੇ ਫੋਰ ਹੀ ਸੇਜ਼ 4 ਯੂ ਸੇ 2 ਹਾਂ ਨਹੀਂ ਨਾ ਵੇਖਿਆ ਤੁਸੀਂ ਅੱਛਾ ਅੱਛਾ ਓਕੇ ਹਾਂ 4 4 4 ਉਹ ਅਜੇ ਤਾਂ ਵੀਜ਼ੇ ਤੋਂ ਨਾ ਹੋਈ ਆ 2-4 ਸਾਲਾਂ ਨੂੰ ਦੇਖਿਓ ਰਿਸ਼ਤਿਆਂ ਨੂੰ ਨਾ ਹੋਊ ਠੀਕ ਹੈ ਭਰਜਾਈ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਪਿੰਡ 'ਚ ਸਭ ਤੋਂ ਸੋਹਣੀ ਨੂੰ ਲੈ ਕੇ ਆਊਂਗਾ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੰਗਲੈਂਡ ਸਤਿ ਸ਼੍ਰੀ ਅਕਾਲ ਇੰਗਲੈਂਡ ਕਿਵੇਂ ਲੱਗੀ ਔਸਮ ਔਸਮ ਮੂਵੀ ਹੈ ਅੱਛਾ ਥੋੜੀ ਜਿਹੀ ਸਟੋਰੀ ਲਾਈਨ ਦੱਸ ਸਕਦੇ ਹੋ ਸਟੋਰੀ ਲਾਈਨ ਇਦਾਂ ਕਿ ਮੁੰਡਾ ਅਬਰੋਡ ਜਾਣਾ ਚਾਹੁੰਦਾ ਹਾਂਜੀ ਤੇ ਉਹਨੇ ਪਹਿਲਾਂ ਫੇਕ ਮੈਰਿਜ ਕਰਾ ਕੇ ਚਲ ਜਾਂਦਾ ਬਾਅਦ ਵਿੱਚ ਉਹਨਾਂ ਨੂੰ ਟ੍ਰੂ ਲਵ ਹੋ ਜਾਂਦਾ ਤੁਸੀਂ ਫੇਕ ਮੈਰਿਜ ਨਹੀਂ ਕਰਨੀ ਨਹੀਂ ਨਹੀਂ ਹਾਂ ਮੈਂ ਤੁਹਾਨੂੰ ਦੱਸਦੀ ਗੱਲ ਆਪਣੀ ਤੇ ਪੱਕੀ ਹੈ ਜੀ ਪੱਕੀ ਹੈ ਕੀ ਬਾਤ ਹੈ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਨਿਊਲੀ ਮੈਰਿਡ ਲੱਗ ਰਹੇ ਮੈਨੂੰ ਫਸਟ ਆਫ ਆਲ ਕੰਗ੍ਰੈਚੁਲੇਸ਼ਨ ਜਸਪਾਲ ਐਂਡ ਕਿਆ ਬਾਤ ਹੈ ਜਸਪਾਲ ਐਂਡ ਜਪਜੋਤ ਤੁਹਾਡੇ ਨਾਮ 'ਚ ਦੋਨੋਂ ਦੇ ਨਾਮ ਨੇ ਤੇ ਮੇਰੀ ਗੱਲ ਸੁਣੋ ਮੈਨੂੰ ਕੀ ਅੱਛਾ ਇਹ ਦੱਸੋ ਲੋਕਾਂ ਨੂੰ ਕਿ ਤੁਸੀਂ ਇਹ ਮੂਵੀ ਕਿਉਂ ਦੇਖਣੀ ਚਾਹੀਦੀ ਆ ਵੈਸੇ ਅਬਰੋਡ ਦੇ ਅਬਰੋਡ ਹੀ ਇੰਗਲੈਂਡ ਵੇਖਣਾ ਚਾਹੁੰਦੇ ਅੱਛਾ ਆਈ ਐਮ ਆਲਰੇਡੀ ਰਿਫਿਊਜ਼ ਫਾਰ ਸਮ ਕੰਟਰੀ ਆਸਟ੍ਰੇਲੀਆ ਅਮਰੀਕਾ ਕੈਨੇਡਾ ਓ ਮਾਈ ਗੋਡ ਇਹਨਾਂ ਨੂੰ ਰਿਫਿਊਜ਼ਲ ਲੱਗ ਗਿਆ ਚਲੋ ਥੈਂਕ ਯੂ ਸੋ ਮੱਚ ਸੋਰੀ ਕੱਛਾ ਦੂਜਾ ਵੀ ਕੱਛਾ ਉਹ ਤੀਜਾ ਵੀ ਕੱਛਾ ਕੁਛ ਉੱਤੇ ਪਾਉਣ ਨੂੰ ਵੀ ਲੈ ਕੇ ਆਇਆ ਤੇ ਸਾਰੇ ਤੇੜ ਪਾਉਣ ਵਾਲੇ ਚੱਕ ਲੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੰਗਲੈਂਡ ਸਤਿ ਸ਼੍ਰੀ ਅਕਾਲ ਇੰਗਲੈਂਡ ਜੀ ਯੋਰ ਗੁੱਡ ਨੇਮ ਜੀ ਹਰਸਿਮਰਨ ਸਿੰਘ ਹਰਸਿਮਰਨ ਸਿੰਘ ਐਂਡ ਯੋਰ ਗੁੱਡ ਨੇਮ ਸਿਲਕੀ ਸਿਲਕੀ ਜੀ ਆਪ ਬਹੁਤ ਬਿਊਟੀਫੁਲ ਹੋ ਹਮ ਆਪ ਸੇ ਇਹ ਜਾਨਣਾ ਚਾਹਤੇ ਹੈ ਆਪਕੋ ਮੂਵੀ ਕੈਸੀ ਲੱਗੀ ਸਤਿ ਸ਼੍ਰੀ ਅਕਾਲ ਇੰਗਲੈਂਡ ਮੂਵੀ ਕਿੱਦਾਂ ਲੱਖੇ ਵੀਰ ਮੈਂ ਪੁੱਛਣਾ ਸੀ ਧੋਣਾ ਕਿਵੇਂ ਬਈ ਓਏ ਧੋਈਦਾ ਨਹੀਂ ਇੱਥੇ ਇੱਥੇ ਪੂੰਜੀਦਾ ਨਾਲ ਸੱਚ ਗੱਲ ਸੁਣ ਲੈ ਮੇਰੀ ਆਟੇ ਨੂੰ ਹੱਥ ਨਾ ਲਾਈ ਮੈਂ ਆਪੇ ਗੁੰਨੂੰਗਾ ਸਤਿ ਸ਼੍ਰੀ ਅਕਾਲ ਇੰਗਲੈਂਡ ਲੋਕਾਂ ਦੇ ਦਿਲਾਂ 'ਚ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਉਸ ਨੂੰ ਦੁਬਾਰਾ ਦੇਖਣ ਆਏ ਨੇ ਆਓ ਜਾਣਦੇ ਆਂ ਆਪਣੇ ਵਿਊਅਰਸ ਤੋਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
ਸ਼੍ਰੀਕਾਲ ਜੀ। ਅੱਛਾ ਮੈਨੂੰ ਇਹ ਦੱਸੋ ਤੁਸੀਂ ਸਤਿ ਸ਼੍ਰੀ ਅਕਾਲ ਇੰਗਲੈਂਡ ਦੇਖਣ ਆਏ ਹੋ ਦੂਜੀ ਵਾਰ, ਤੁਹਾਨੂੰ ਇਹ ਮੂਵੀ ਕਿੱਦਾਂ ਦੀ ਲੱਗੀ? ਵੈਰੀ ਨਾਈਸ, ਬਹੁਤ ਨਾਈਸ ਮੂਵੀ ਹੈ, ਬਹੁਤ ਅੱਛੀ ਹੈ, ਸਭ ਦੇਖਣ ਆਓ ਜ਼ਰੂਰ, ਬਹੁਤ ਗੁੱਡ ਮੂਵੀ ਹੈ। ਹਾਂਜੀ, ਇਹ ਸੁਣਿਆ ਕਾਮੇਡੀ ਫੈਮਿਲੀ ਮੂਵੀ ਹੈ? ਹਾਂਜੀ, ਬਹੁਤ ਫੈਮਿਲੀ ਮੂਵੀ ਹੈ। ਮੈਂ ਸੁਣਿਆ ਤੁਹਾਡੇ ਹੀਰੋਇਨ ਬੜੀ ਫੇਵਰੇਟ ਹੈ ਮੋਨਿਕਾ। ਹਾਂ ਯੈਸ, ਮਾਈ ਫੇਵਰੇਟ ਹੀਰੋ, ਬਹੁਤ ਫੇਵਰੇਟ ਹੈ ਹੀਰੋ, ਬਹੁਤ ਫੇਵਰੇਟ। ਹਾਂ ਐਮੀ ਵਿਰਕ, ਆਈ ਲਾਈਕ ਇਟ। ਹਾਂਜੀ, ਤੁਸੀਂ ਦੱਸੋ ਭਈਆ ਤੁਹਾਨੂੰ ਕਿੱਦਾਂ ਦੀ ਇਹ ਮੂਵੀ ਲੱਗੀ? ਬਹੁਤ ਵਧੀਆ ਮੂਵੀ ਹੈ ਜੀ, ਇਹ ਦੂਜੀ ਵਾਰੀ ਦੇਖਣ ਆਇਆ ਮੈਂ। ਮੈਨੂੰ ਲੱਗਦਾ ਤੁਸੀਂ ਚੌਥੀ ਵਾਰੀ ਆਏ ਹੋ। ਨਹੀਂ, ਦੂਸਰੀ ਵਾਰੀ ਆਏ। ਜਰਮਨ ਬਹੁਤ ਚੰਗਾ ਹੈ, ਇੱਕ ਵਾਰੀ ਉਹਨੂੰ ਚਾਂਸ ਤਾਂ ਦੇ ਦਿਓ। ਉਹ ਕਿੱਥੋਂ ਫੜ ਕੇ ਲਿਆਂਦਾ ਉਹਨੂੰ ਜੰਗਲੀ ਨੂੰ? ਬੇਬੇ ਕੋਈ ਪੌਣਾ ਪੌਣਾ ਤਾਂ ਰੱਖ ਲਿਆ ਕਰੋ। ਸੌਰੀ। ਲੈ, ਆਡੀਅੰਸ ਨੂੰ ਇਹ ਫਿਲਮ ਸਤਿ ਸ਼੍ਰੀ ਅਕਾਲ ਇੰਗਲੈਂਡ ਬਹੁਤ ਅੱਛੀ ਲੱਗੀ ਹੈ, ਖਾਸ ਤੌਰ 'ਤੇ ਮੋਨਿਕਾ ਅਤੇ ਕਰਮਜੀਤ ਅਨਮੋਲ ਦੀ ਐਕਟਿੰਗ ਸਭ ਨੂੰ ਬਹੁਤ ਪਸੰਦ ਆਈ ਹੈ, ਭੋਲੇ ਦੀ ਐਕਟਿੰਗ। ਇਸੇ ਤਰ੍ਹਾਂ ਫਿਲਮ ਸਮੀਕਸ਼ਾ 'ਚ ਤੁਹਾਨੂੰ ਹੋਰ ਵੀ ਫਿਲਮਾਂ ਦੇ ਰਿਵਿਊ ਦਿੰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਮੈਂਡੀ ਸੰਧੂ ਨੂੰ ਇਜਾਜ਼ਤ ਦਿਓ, ਕੈਮਰਾਮੈਨ ਨਵਲ ਦੇ ਨਾਲ ਫੋਰ ਵੋਇਸ ਆਫ ਏਸ਼ੀਅਨਸ।